ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਦੇ YouTube ਚੈਨਲਸ ਟਰੈਕਟਰ ਬਾਜ਼ਾਰ 2 ਤੇ ਜੱਟ ਜ਼ੋਨ 2 ਦੇ ਉੱਪਰ ਤੇ ਇਹ ਜਿਹੜੀਆਂ ਵੀਡੀਓਜ਼ ਅੱਜ ਤੋਂ ਬਾਅਦ ਤੁਸੀਂ ਵੇਖੋਗੇ ਇਹ ਦੋਨੇ ਚੈਨਲਾਂ ਦੇ ਉੱਪਰ ਜਿਹੜੀਆਂ ਪੈਣ ਗਈਆਂ ਕੋਲਾਬ ਹੋ ਚੁੱਕੇ ਨੇ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਟਰੈਕਟਰ ਆ ਜਾਂਦਾ ਜੀ ਸੋਨਾਲੀਕਾ 60 ਵਲਡ ਟਰੈਕਟਰ ਟਰੈਕਟਰ ਆ ਜੀ 2015 ਮਾਡਲ 2015 ਮਾਡਲ 2016 ਦੀ ਜਿਹੜੀ ਟਰੈਕਟਰ ਦੀ ਆਰ ਸੀ ਹੈ ਜੀ ਪੰਜਾਬ ਨੰਬਰ ਆ ਟਰੈਕਟਰ 2016 ਦੀ ਆਰ ਸੀ ਹੈ ਜੀ ਪੰਜਾਬ ਨੰਬਰ ਆ ਟਰੈਕਟਰ ਵੇਖ ਸਾਡਾ ਟਰੈਕਟਰ ਆ ਜਿਹੜਾ ਬਹੁਤ ਹੀ ਜਿਆਦਾ ਸਾਫ਼ ਪਿਆ ਹੋਇਆ ਵਾ ਕਮੀ ਪੇਛੇ ਜਿਹੜੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਜਿਰੋ ਮਰਜੀ ਜਾ ਕੇ ਚੈੱਕ ਕਰਕੇ ਵਾ ਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਦਾ ਸੌਦਾ ਕਰ ਸਕਦੇ ਹੋ ਤੇ ਬਹੁਤ ਹੀ ਜਿਆਦਾ ਵਧੀਆ ਹਾਲਤਰੇ ਵਿੱਚ ਜਿਹੜਾ ਟਰੈਕਟਰ ਪਿਆ ਹੋਇਆ ਸਾਡੇ 4 ਲੱਖ ਰੁਪਇਆ ਇਹ ਟਰੈਕਟਰ ਦਾ ਮੁੱਲ ਕੀਮਤ ਰੇਟ ਮੰਗਦੇ ਪਏ ਨੇ ਤੇ ਮੌਕੇ ਦੇ ਉੱਪਰ ਇਹਦੇ ਕੀਮਤ ਦੇ ਵਿੱਚੋਂ ਘੱਟ ਜਿਹੜਾ ਕੀਤਾ ਜਾਵੇਗਾ ਕਿਸਾਨ ਵੀਰ ਦੇ ਕੋਲ ਜਿਹੜਾ ਟਰੈਕਟਰ ਇਹ ਵਕਾਊ ਕੀਤਾ ਗਿਆ ਵਾ ਜੀ ਤੇ ਕਾਫੀ ਸਪੀਡਾਂ ਹੁੰਦੀਆਂ ਨੇ 24 ਸਪੀਡ ਟਰੈਕਟਰ ਹੁੰਦਾ ਇਹ ਸੁਪਰ ਸੀਟਰ ਤੇ ਬਹੁਤ ਹੀ ਜ਼ਿਆਦਾ ਵਧੀਆ ਚੱਲੂਗਾ ਤੇ ਜਿਨ੍ਹਾਂ ਨੇ ਵੀ ਲੈਣਾ ਹੋਵੇ ਸੁਪਰ ਸੀਟਰ ਤੇ ਚਲਾਉਣ ਵਾਸਤੇ ਜਾਂ ਰੋਟਾਵੇਟਰ ਤੇ ਭਾਵੇਂ ਤੁਸੀਂ ਲੈਣਾ ਹੋਵੇ ਬਹੁਤ ਜਿਆਦੇ ਵਧੀਆ ਜਿਹੜੀ ਇਹ ਪੈਲੀ ਬਣਾਉਂਦੇ ਆ ਜੀ 60 ਜਿਹੜੇ ਬਲ ਟ੍ਰੈਕ ਹੁੰਦੇ ਨੇ ਕਿਉਂਕਿ ਸਪੀਡਾਂ ਦੇ ਆਪਸ਼ਨ ਆ ਜਿਹੜੇ ਉਹ ਥੋੜੇ ਜਿਆਦੇ ਆ ਜਾਂਦੇ ਨੇ ਤੇ ਅੱਗੇ ਆਪਣੇ ਕੋਲੇ ਆ ਜਾਂਦੀ ਹੈ ਜੀ ਪ੍ਰੀਤ ਕੰਬਾਈਨ ਪ੍ਰੀਤ ਕੰਬਾਈਨ ਆ ਜੀ ਇਹ ਪੇਟੀ ਬੰਦ ਇੰਜਨ ਦੇ ਵਿੱਚ 2009 ਮਾਡਲ 2009 ਮਾਡਲ ਪੇਟੀ ਬੰਦ ਇੰਜਨ ਦੇ ਵਿੱਚ ਐਸਐਮਐਸ ਜਿਹੜਾ ਕੰਬਾਈਨ ਨੂੰ ਲੱਗਾ ਹੋਇਆ ਜੀ ਬਹੁਤ ਹੀ ਜ਼ਿਆਦੇ ਚੰਗੀ ਹਾਲਤ ਦੇ ਵਿੱਚ ਵਧੀਆ ਮਾਡਲ ਦੇ ਵਿੱਚ ਕੰਪੈਨ ਜਿਹੜੀ ਤੁਹਾਨੂੰ ਮਿਲ ਰਹੀ ਹੈ ਜੀ 7,85,000 ਦੇ ਵਿੱਚ 7,85,000 ਦੇ ਵਿੱਚ ਰੇਟ ਆ ਜਿਹੜਾ ਮੰਗਿਆ ਜਾ ਰਿਹਾ ਜੀ ਇਹਦਾ ਤੇ ਇਹਦੇ ਵਿੱਚੋਂ ਜਿਹੜਾ ਲੈਸ ਆ ਰੇਟ ਕੀਤਾ ਜਾਵੇਗਾ ਮੌਕੇ ਦੇ ਉੱਪਰ ਘਟਾ ਜਿਹੜਾ ਰੇਟ ਹੋਊਗਾ ਜੀ ਮਾਲਕਾਂ ਦੇ ਜੋ ਵੀ ਸੰਪਰਕ ਦੇ ਨੰਬਰ ਨੇ ਉਹ ਆਪਾਂ ਤੁਹਾਨੂੰ ਜਿਹੜੇ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਫੋਨ ਲਾ ਕੇ ਇਹਦਾ ਸੌਦਾ ਕਰ ਸਕਦੇ ਹੋ ਖਰੀਦ ਸਕਦੇ ਹੋ ਜੀ ਇਹਨੂੰ ਤੇ ਇੱਕ ਮੇਰੀ ਜ਼ਰੂਰੀ ਬੇਨਤੀ ਆ ਕਿ ਕਈ ਕੀ ਵਾਰ ਐਡ ਲੇਟ ਹੋ ਜਾਂਦੀਆਂ ਤੇ ਮੇਰਾ ਵੀ ਦੁਬਾਰ ਤੋਂ ਮੈਸੇਜ ਨਾ ਕਰਿਆ ਕਰੋ ਠੀਕ ਹੈ ਸੋਡੀ ਜਿਹੜੀ ਮਗਰ ਐਡ ਪਈ ਹੁੰਦੀ ਹੈ ਜਿਹੜੀ ਵਾਰੀ ਚ ਆਉਣੀ ਹੁੰਦੀ ਆ ਉਹ ਚੱਕ ਕੇ ਜਿਹੜੀ ਹੋਰ 10 15 ਦਿਨ ਗਾਂਹ ਚਲੀ ਜਾਂਦੀ ਆ ਬਾਅਦ ਚ ਸੋਨੋ ਹੀ ਓខਾ ਸਾਡਾ ਉਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜੇ ਜੇ 10-15 ਦਿਨ ਆਈ ਲੰਘ ਜਾਂਦੇ ਆ ਤੇ ਉਸ ਤੋਂ ਬਾਅਦ ਜੋ ਫੋਟੋਆਂ ਜਿਹੜੀਆਂ ਡਾਊਨਲੋਡ ਨਹੀਂ ਹੁੰਦੀਆਂ ਇੱਕ ਮਹੀਨੇ ਦੇ ਬਾਅਦ ਆਪਾਂ ਸਭ ਨੂੰ ਪਤਾ ਹੀ ਹੈ ਹਨ ਕਿ ਉਹ WhatsApp ਦਾ ਇਹੀ ਹੁੰਦਾ ਵੀ ਇੱਕ ਮਹੀਨੇ ਤੋਂ ਬਾਅਦ ਜਿਹੜੀ ਵੀ ਕੋਈ ਫੋਟੋ ਹੁੰਦੀ ਹੈ ਡਾਊਨਲੋਡ ਰੀ ਡਾਊਨਲੋਡ ਨਹੀਂ ਹੁੰਦੀਗੀ ਸੋ ਉਹਦੇ ਕਰਕੇ ਵੀਰ ਔਖਾ ਹੁੰਦਾ ਛੋਟੀ ਐਡ ਫਿਰ ਨਹੀਂ ਲੱਗਦੀ ਹਾਂ ਜੇ ਇੱਕ ਮਹੀਨਾ ਹੋ ਚੁੱਕਿਆ ਵਾ ਛੋਟੀ ਐਡ ਨਹੀਂ ਪਈਗੀ ਤਾਂ ਫਿਰ ਤੁਸੀਂ ਜਿਹੜਾ ਮੈਸੇਜ ਦੁਬਾਰਾ ਕਰਕੇ ਫੋਟੋਆਂ ਦੁਬਾਰਾ ਪਾ ਸਕਦੇ ਹੋ ਨਵੀਂ ਜਿਹੜੀ ਲਿਸਟ ਦੇ ਵਿੱਚ ਛੋਟੀ ਐਡ ਆ ਜਿਹੜੀ ਪੈ ਜਾਂਦੀ ਹੈ ਫਿਰ ਤੇ ਅੱਗੇ ਆਪਣੇ ਕੋਲੇ ਆ ਜਾਂਦਾ ਜੀ ਐਚਐਮਟੀ 5911 ਟਰੈਕਟਰ ਆ ਜਿਹੜਾ ਤੁਸੀਂ ਇਹ ਵੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪਿਆ ਹੋਇਆ ਜੀ 95 ਮਾਡਲ ਆ 1995 ਮਾਡਲ ਆ ਜੀ 60 ਪੈਹੇ ਟਾਇਰ ਨੇ ਮਗਰਲੇ ਪੂਰਾ ਕੈਮ ਟਰੈਕਟਰ ਪਿਆ ਹੋਇਆ ਰੰਗ ਪੇਂਟ ਵੀ ਬਹੁਤ ਹੀ ਜਿਆਦਾ ਸੋਹਣਾ ਵਾ ਰੰਗ ਪੇਂਟ ਵੀ ਬਹੁਤ ਹੀ ਜਿਆਦਾ ਸੋਹਣਾ ਵਾ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਦੇਣ ਦੀ ਜਿਹੜੀ ਟਰੈਕਟਰ ਦੀ ਗਾਰੰਟੀ ਆ ਮਾਲਕ ਵੀਰਾਂ ਵੱਲੋਂ ਤਸੱਲੀ ਆ ਜਿਹੜੀ ਦਿੱਤੀ ਜਾ ਰਹੀ ਆ ਜੀ ਤੇ ਰੇਟ ਇਹਦਾ ਤੁਹਾਨੂੰ ਫੋਨ ਤੇ ਹੀ ਦੱਸਿਆ ਜਾਵੇਗਾ ਨਵੀਂ ਬੈਟਰੀ ਆ ਫੇਬਰ ਹੱਡ ਆ ਜਿਹੜੀ ਟਰੈਕਟਰ ਦੇ ਉੱਪਰ ਲੱਗੀ ਹੋਈ ਆ ਰੰਗ ਪੇਂਟ ਆ ਜਿਹੜਾ ਬਹੁਤ ਹੀ ਜ਼ਿਆਦਾ ਸਾਫ਼ ਤੇ ਵਧੀਆ ਕੰਡੀਸ਼ਨ ਦੇ ਵਿੱਚ ਜਿਹੜਾ ਰੰਗ ਪੇਂਟ ਟਰੈਕਟਰ ਦਾ ਪਿਆ ਹੋਇਆ ਵਾ ਮਾਲਕਾਂ ਦੇ ਨੰਬਰ ਨੇ ਜਿਹੜੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਜੀ ਉਹਨਾਂ ਨੰਬਰਾਂ ਤੇ ਫੋਨ ਲਾ ਕੇ ਇਹ ਟਰੈਕਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ ਇਹਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੋ ਤੇ ਅੱਗੇ ਆਪਣੇ ਕੋਲੇ ਆ ਜਾਂਦੇ ਆ ਸੇਲ ਦੇ ਵਿੱਚ ਮੈਸੀ ਫਰਬੂਸ਼ਨ 241 ਮੈਸੀ ਫਰਬੂਸ਼ਨ 241 ਡੀਆਈ ਟਰੈਕਟਰ ਹੈ ਜੀ 2001 ਮਾਡਲ ਟਰੈਕਟਰ ਆ ਜਿਹੜਾ ਪੂਰਾ ਸਾਫ਼ ਪਿਆ ਹੋਇਆ ਚੰਗੀ ਕੰਡੀਸ਼ਨ ਦੇ ਵਿੱਚ ਹੈ ਜੀ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀਗੀ ਮਾਲਕ ਵੀਰਾਂ ਵੱਲੋਂ ਗਾਰੰਟੀ ਆ ਜਿਹੜੀ ਉਹ ਪੂਰੀ ਆ ਦਿੱਤੀ ਜਾ ਰਹੀ ਆ ਮਾਲਕ ਵੀਰਾਂ ਵੱਲੋਂ ਗਾਰੰਟੀ ਪੂਰੀ ਦਿੱਤੀ ਜਾ ਰਹੀ ਆ ਹਰਿਆਣਾ ਨੰਬਰ 1 ਲੱਖ ਤੇ 90000 ਰੁਪਇਆ ਮੁੱਲ ਮੰਗਿਆ ਜਾ ਰਿਹਾ ਵਾ ਟਰੈਕਟਰ ਦਾ ਮੌਕੇ ਦੇ ਉੱਪਰ ਰੇਡ ਦੇ ਵਿੱਚੋਂ ਜਿਹੜਾ ਕੱਟ ਕੀਤਾ ਜਾਊਗਾ ਮਾਲਕਾਂ ਦੇ ਸੰਪਰਕ ਦੇ ਜਿਹੜੇ ਨੰਬਰ ਨੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫੋਨ ਲਾ ਕੇ ਮਾਲਕਾਂ ਦੇ ਨਾਲ ਹੋਰ ਗੱਲਬਾਤ ਸਾਂਝੀ ਕਰਕੇ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦੇ ਬਾਰੇ ਤੇ ਇਹਦਾ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ ਜਿੰਨਾਂ ਨੂੰ ਵੀ ਵਧੀਆ ਲੱਗਦਾ ਹੋਵੇ ਇਹ ਤੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਇਹ ਟਰੈਕਟਰ ਆ ਜਿਹੜਾ ਖਰੀਦਣਾ ਚਾਹੁੰਦੇ ਹੋਣ ਤੇ ਅੱਗੇ ਆਪਣੇ ਕੋਲੇ ਸੇਲ ਦੇ ਵਿੱਚ ਆ ਜਾਂਦੀ 11 ਫੁੱਟੀ ਟਰਾਲੀ ਟਰਾਲੀ ਕਹ ਲਓ ਵਿਕਾਊ ਆ ਜੀ ਸਿੰਗਲ ਟੈਰੀ ਸਿੰਗਲ ਟਾਇਰ ਆ ਤੇ ਰੂਪੜ ਏਰੀਆ ਜੀ ਜਿੱਥੇ ਖੜੀ ਆ ਰੂਪੜ ਏਰੀਆ ਵਾ ਵਧੀਆ ਵਾ ਚੰਗੀ ਹੈਵੀ ਬਣੀ ਹੋਈ ਆ ਸਿੰਗਲ ਟੈਰੀ ਆ ਪਰ ਰੇਟ ਹੈਗਾ 95000 ਰੁਪਇਆ 95000 ਰੁਪਇਆ ਰੇਟ ਆ ਤੇ ਇਹ ਜੈਕ ਲੱਗਾ ਹੋਇਆ ਲੱਗਦਾ ਵੀ ਜੈਕ ਲੱਗਾ ਹੋਇਆ ਮੈਨੂੰ ਲੱਗਦਾ ਬਾਕੀ ਮਾਲਕਾਂ ਨੇ ਦੱਸਿਆ ਹੈ ਨਹੀਂ ਗਾ ਮੈਨੂੰ ਪਾਈਪ ਦਿਖਦਾ ਲੱਗਦਾ ਤਾਂ ਹੈ ਤੇ ਬਾਕੀ ਵਟ ਵਗੈਰਾ ਜਿਹੜੇ ਨਾਲ ਆ ਉਹ ਦਿੱਤੇ ਜਾਣਗੇ ਠੀਕ ਹੈ ਜੀ ਫਰਸ਼ ਚੰਗੀ ਪਈ ਹੋਈ ਆ ਤੇ ਡਾਈ ਦੂਜੀ ਹੈ ਜੀ ਜਿਹੜੀ ਆਪਣੀ ਆਮ ਅੱਜਕੱਲ ਚੱਲਦੀ ਹੈ ਖਰਮੀ ਵਾਲੀ ਤੇ ਨਵੇਂ ਮਾਡਲ ਦੇ ਵਿੱਚ ਆ ਕਮੀ ਪੇਸ਼ੀ ਕੋਈ ਨਹੀਂ ਮਾਲਕਾਂ ਦੇ ਨੰਬਰ ਨੇ ਜਿਹੜੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਮਾਲਕਾਂ ਦੇ ਨਾਲ ਹੋਰ ਗੱਲਬਾਤ ਸਾਂਝੀ ਕਰਕੇ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਅੱਗੇ ਆਪਣੇ ਕੋਲੇ ਆ ਜਾਂਦਾ ਜੀ 5911 85 ਮਾਡਲ ਆ 1985 ਮਾਡਲ ਲੋ ਸਪੀਡ ਦੇ ਜਿਹੜੇ ਟਰੈਕਟਰ ਪਹਿਲਾਂ ਆਏ ਹੋਏ ਨੇ ਉਹ ਟਰੈਕਟਰ ਦੇ ਵਿੱਚ ਆ ਜਾਂਦਾ ਜੀ ਇਹ ਪੀਏਐਫ ਜਿਹੜਾ ਇਹਦਾ ਨੰਬਰ ਆ ਤੇ ਗੁਰਦਾਸਪੁਰ ਏਰੀਆ ਜੀ ਗੁਰਦਾਸਪੁਰ ਏਰੀਆ ਮਗਰਾੜ ਵਗੈਰਾ ਲੱਗੇ ਹੋਏ ਨੇ ਟਰੈਕਟਰ ਦੇ ਉੱਪਰ ਸੈਂਪਲ ਸਟੀering ਆ ਮਗਰਾੜ ਜਿਹੜੇ ਮਗਰਲੇ ਨੇ ਸਾਫ਼ ਪਏ ਹੋਏ ਨੇ ਚੰਗੇ ਰੰਗ ਪੇਂਟ ਦੇ ਵਿੱਚ ਪਏ ਹੋਏ ਨੇ 1 ਲੱਖ ਤੇ 80000 ਰੁਪਇਆ ਜਿਹੜਾ ਰੇਟ ਮੰਗਿਆ ਜਾ ਰਿਹਾ ਤੇ ਇਹ ਟਰੈਕਟਰ ਨੇ ਜਿਹੜੇ ਸੁਪਰ ਸੀਡਰ ਨੂੰ ਬਹੁਤ ਹੀ ਜ਼ਿਆਦੇ ਚੰਗੀ ਤਰ੍ਹਾਂ ਖਿੱਚਦੇ ਨੇ ਚੰਗੀ ਤਰ੍ਹਾਂ ਚਲਾਉਂਦੇ ਨੇ ਕਿਉਂਕਿ ਟਰੈਕਟਰ ਨੇ ਜਿਹੜੇ ਲੋ ਸਪੀਡ ਦੇ ਵਿੱਚ ਆ ਜਾਂਦੇ ਨੇ ਬਹੁਤ ਹੀ ਜ਼ਿਆਦੇ ਵਧੀਆ ਸਫਾਈ ਬਣਾਉਂਦੇ ਨੇ ਤੇ ਬਾਕੀ ਚਲਦੀ ਚਲਦੀ ਵੀਡੀਓ ਮੇਰਾ ਵੀਰ ਬਣ ਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਆ ਜਿਹੜਾ ਜ਼ਰੂਰ ਕਰਕੇ ਜਾਇਓ ਇੱਕ ਵਾਰੀ ਠੀਕ ਹੈ ਜੀ ਜ਼ਰੂਰ ਕਰਿਓ ਸਬਸਕ੍ਰਾਈਬ ਬੇਨਤੀ ਸਮਝੋ ਇੱਕ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਵੀ ਘੈਂਡ ਘੈਂਡ ਜਿਹੜੀਆਂ ਵੀਡੀਓਸ ਲੈ ਕੇ ਆਉਣ ਦਾ ਕੋਸ਼ਿਸ਼ ਕਰਾਂਗੇ ਸਟਾਰਟ ਕਰਾਂਗੇ ਜਿਹੜਾ ਆਪਣਾ ਪੀਪੀਓ ਦੂਜਾ ਗਿਲ ਟਰੈਕਟਰ ਵਾਲਾ ਚੈਨਲ ਆ ਠੀਕ ਹੈ ਜੀ ਉਹ ਵੀ ਆਪਾਂ ਸਟਾਰਟ ਆ ਜਿਹੜਾ ਹੌਲੀ-ਹੌਲੀ ਕਰਾਂਗੇ ਹੁਣ ਬੰਦ ਕੀਤਾ ਆ ਫਿਲਹਾਲ ਤਾਂ ਉਹ ਤੇ ਕਰਾਂਗੇ ਜਰੂਰ ਉਹਨੂੰ ਵੀ ਸਟਾਰਟ ਤੇ ਅੱਗੇ ਆ ਜਾਂਦਾ ਜੀ ਅਰਜਨ 555 ਤੇ ਇਹਦੇ ਵਿੱਚ ਜੀ ਐਕਚੁਅਲੀ ਦੋ ਟਰੈਕਟਰ ਮਿਕਸ ਹੋ ਗਏ ਨੇ ਇਹਨੀਆਂ ਫੋਟੋਆਂ ਦੇ ਵਿੱਚ ਤੇ ਮੇਰਾ ਵੀਰ ਇੱਕ ਤਾਂ ਹੈਗਾ ਵਾਜੀ 17 ਮਾਡਲ ਤੇ ਇੱਕ ਹੈਗਾ 12 ਮਾਡਲ ਪਹਿਲਾ 5 17 ਮਾਡਲ ਦੀ ਵੀ ਦੱਸ ਦਿੰਦੇ ਆ ਤੇ 12 ਮਾਡਲ ਦੀ ਵੀ ਦੱਸ ਦਿੰਦੇ ਆ ਬਾ 17 ਮਾਡਲ ਆ ਜਿਹੜਾ ਉਹਦੇ 70% ਟਾਇਰ ਨੇ ਤੇ 4,80,000 ਰੁਪਈਆ ਉਹਦਾ ਰੇਟ ਆ ਅ ਸੌਰੀ 4.5 ਲੱਖ ਰੁਪਈਆ ਲਿਖਿਆ ਹੋਇਆ ਆਇਆ ਸੀਗਾ ਬਾਕੀ ਇੱਕ ਵਾਰੀ ਮਾਲਕਾਂ ਦੇ ਨਾਲ ਜਿਹੜੀ ਸੰਪਰਕ ਕਰਕੇ ਕਨਫਰਮ ਕਰ ਲਿਓ ਠੀਕ ਆ ਨਾ ਤੇ ਇੱਕ ਆ ਜਿਹੜਾ ਉਹ ਹੈਗਾ 12 ਮਾਡਲ ਜਿਹੜਾ 12 ਮਾਡਲ ਆ ਉਹਦੇ 1800 ਘੰਟੇ ਚੱਲਿਆ ਹੋਇਆ ਆ ਉਹ 1800 ਘੰਟੇ ਚੱਲਿਆ ਹੋਇਆ 70% ਨਾਲ ਦੇ ਟਾਇਰ ਆ ਘੱਟ ਚੱਲਿਆ ਹੋਇਆ ਨਾਲ ਦੀ ਟਾਇਰ ਆ ਉਹਦੇ ਉਹਦਾ ਰੇਟ ਹੈਗਾ 4 ਲੱਖ ਰੁਪਈਆ ਉਹਦਾ 4 ਲੱਖ ਰੁਪਈਆ ਰੇਟ ਆ ਤੇ ਮੌਕੇ ਦੇ ਉੱਤੇ ਦੋਨਾਂ ਟਰੈਕਟਰਾਂ ਦੇ ਰੇਟ ਵਿੱਚੋਂ ਘੱਟ ਕੀਤਾ ਜਾਊਗਾ ਮਾਲਕ ਨੇ ਜਿਹੜੇ ਉਹ ਲੱਗ-ਲੱਗ ਨੇ ਨੰਬਰ ਦੇ ਉੱਤੇ ਮੈਂ ਲੇਖ ਜ਼ਰੂਰ ਦਊਂਗਾ ਕਿ 17 ਮਾਡਲ ਆ ਇਹਦਾ ਕਿਹੜਾ ਨੰਬਰ ਆ ਤੇ 12 ਮਾਡਲ ਵਾਲੇ ਵੀਰ ਦਾ ਕਿਹੜਾ ਨੰਬਰ ਆ ਤੇ ਅੱਗੇ ਆ ਜਾਂਦਾ ਜੀ ਦਸ਼ਮੇਸ਼ ਕੰਪਨੀ ਦਾ ਰੂਟਾਵੇਟਰ ਵਕਾਊ ਹੈ ਜੀ ਦਸ਼ਮੇਸ਼ ਕੰਪਨੀ ਦਾ ਜਿਹੜਾ ਰੂਟਾਵੇਟਰ ਵਕਾਊ ਕੀਤਾ ਗਿਆ ਜੀ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ 7 ਫੁੱਟਾ ਜੀ ਤੇ 2015 ਮਾਡਲ ਆ 2015 ਮਾਡਲ ਆ ਇਹ ਤੇ ਵੇਖ ਸਕਦੇ ਹੋ ਬਹੁਤ ਜਿਆਦਾ ਵਧੀਆ ਹਾਲਤ ਦੇ ਵਿੱਚ ਜਿਹੜਾ ਪਿਆ ਹੋਇਆ ਹੈ ਤੇ ਕਮੀ ਪੇਸ਼ੀ ਜਿਹੜੀ ਕੋਈ ਵੀ ਨਹੀਂ ਹੈਗੀ ਗੀ ਇਹ ਰੂਟਾਵੇਟਰ ਦੇ ਵਿੱਚ ਜਿਰੋ ਮਰਜੀ ਜਾ ਕੇ ਚੈੱਕ ਕਰਕੇ ਸੌਦਾ ਕਰ ਸਕਦੇ ਹੋ ਤੇ 80000 ਰੁਪਇਆ ਕੋਲ ਰੇਟ ਆ 15 ਮਾਡਲ ਦਾ ਮਾਨਸਾ ਏਰੀਆ ਜੀ ਜਿੱਥੇ ਖੜਾ ਹੋਇਆ ਮਾਨਸਾ ਏਰੀਆ ਦੇ ਲੱਗ ਤੱਕ ਇਹਦੇ ਬੰਦੇ ਜਿਨ੍ਹਾਂ ਨੇ ਲੈਣਾ ਹੋਵੇ ਆ ਤੁਸੀਂ ਖਰੀਦ ਕਰ ਸਕਦੇ ਹੋ ਜੀ ਇਹਦੀ ਰੋਟਾਵੇਟਰ ਦੀ ਚੰਗਾ ਚੰਗੀ ਹਾਲਤ ਦੇ ਵਿੱਚ ਵਧੀਆ ਪਿਆ ਹੋਇਆ ਵਾ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਤੇ ਜਦੋਂ ਮਰਜੀ ਜਾ ਕੇ ਖਰੀਦ ਲਿਓ ਵੇਖ ਲਿਓ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਇਹ ਤੇ ਬਾਕੀ ਚਲਦੀ ਚਾਲ ਦੀ ਵੀਡੀਓ ਮੇਰਾ ਵੀਰ ਬਣ ਕੇ ਸਾਰੇ ਜਾਣੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਆ ਜਰੂਰ ਕਰਕੇ ਜਾਇਓ ਤੇ ਅੱਗੇ ਆਪਣੇ ਕੋਲੇ ਇਹ ਸ਼ਿਲ ਦੇ ਵਿੱਚ ਆ ਜਾਂਦਾ ਜੀ ਮੈਸੀ ਫਰਬੂਸ਼ਨ 241 2001 ਮਾਡਲ ਇਹ ਹੈਗਾ ਇੱਕ ਮਾਡਲ ਹਰਿਆਣਾ ਨੰਬਰ ਵੇਖ ਸਕਦੇ ਹੋ ਹਾਲਤ ਵਗੈਰਾ ਜਿਹੜੀ ਪੂਰੀ ਚੰਗੀ ਪਈ ਹੋਈ ਆ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀਗੀ 1 ਲੱਖ ਤੇ 90000 ਰੁਪਿਆ ਇਹਦਾ ਰੇਟ ਆ 1 ਲੱਖ ਤੇ 90000 ਰੁਪਿਆ ਦਾ ਰੇਟ ਆ ਮੌਕੇ ਦੇ ਉੱਤੇ ਘੱਟ ਹੋ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਮਾਲਕਾਂ ਦੇ ਨੰਬਰ ਥੱਲੇ ਨੇ ਫੋਨ ਲਾ ਕੇ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਚੰਗੀ ਹਾਲਤ ਦੇ ਵਿੱਚ ਵਧੀਆ ਟਰੈਕਟਰ ਜਿਹੜਾ ਵਿਕਾਊ ਕੀਤਾ ਗਿਆ ਜੀ ਮਾਲਕਾਂ ਦੇ ਨੰਬਰ ਨੇ ਜਿਹੜੇ ਉਹ ਥੱਲੇ ਨੇ ਫੋਨ ਲਾ ਕੇ ਸੌਦਾ ਕਰ ਸਕਦੇ ਹੋ ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਅਖਰ ਤੱਕ ਵੇਖਣ ਲਈ ਵਧੀਆ ਲੱਗਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਮੇਰਾ ਵੀ ਸਬਸਕ੍ਰਾਈਬ ਜਰੂਰ ਕਰਿਓ